बीती रात थाना टिब्बा दे एरिया मायापुरी दे विच एक गैंगस्टर वालों अपने साथियों नाल मिल के एक नौजवान उत्ते जानलेवा हमला कर दिता गया। जदों नौजवान अपने घर दे कोल ही डेयरी तो दुध लैन गया सी तां उहनूं कार विच सवार हो के आए गैंगस्टर अते उसदे साथियों ने घेर लिया अते कुटमार करनी शुरू कर दित्ती। रौला सुन के नौजवान दे पिता अते मुहल्ले दे लोक मौके ते इकट्ठे हो गए ते अपने आप नूं घिरदा होया देख के गैंगस्टर ने पिस्तौल कढ के गोली चला दित्ती अते नौजवान ने दस्सिया है कि उसने नेड़े दे इक घर विच वड़ के अपनी जान बचाई। इस बारे थाना टिब्बा दे पुलिस प्रशासन का की कहना रहा आओ तुसी भी सुनो। करीब 8:30 सलाह मिली सी इस दिन तलदीप के लड़के से फायर होया उस फायर के हिसाब से असी इतने आए थी जिते जसप्रीत बंटी मिलिया नाल कुलदीप मिलिया मायापुरी मेन रोड है इन्होंने बयान लिखाया सानू कि जिंदी ने तो वो भतीजे ने तो दो तीन मुंडिया के होर ने नाल लिखाए है जिन्होंने साढ़े से पहला इतने गुआढ़िया दुध लैन गया जसप्रीत उस हिसाब न तो इन्होंने पहला अंदर वड़ के कुटिया मारू हथियारा लैस हो के तो फिर इधले पास्यों दूजे पास्यों कुलदीप आ गए इन्हें आकर मूहरे गड्डी लाती उन्होंने अपने आप को घिरता देख के जिंदी ने फायर किया जिहदा इन्होंने एक फूल भी पेश किया जिन्होंने असी फर्ज राही कब्जे च लिया तो इन्हों के बयान के हिसाब न असी उन्होंने 307, 148, 49, 452 IPC ਤੇ 2554 ਨਾਲ ਆਰਮ ਜਫਤਾ ਮੁਕਦਮਾ ਦਰਜ ਕਰਕੇ ਪਿਸ਼ ਕਰ ਰਹੇ ਇਹਨਾਂ ਤੋਂ ਪਤਾ ਲੱਗਿਆ ਕੋਈ ਦਰਾਹ ਹੈ ਇਹਨਾਂ ਨੇ ਕੋਈ ਸੱਟਾ ਸੁੱਟੇ ਦੇ ਸੰਬੰਧ ਵਿੱਚ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਉਹ ਇਹਨਾਂ ਨੇ ਬੱਜਾ ਰੰਜੇਸ਼ ਲਿਖਾਈ ਹੈ ਉਹਨੂੰ ਵੀ ਵੈਰੀਫਾਈ ਕਰ ਰਹੇ ਹਾਂ ਤੇ ਉਹਦੇ ਬਾਅਦ FIR ਦਰਜ ਕਰਤੀ ਤੇ ਅੱਗੇ ਕਾਰਵਾਈ ਕਰ ਰਹੇ ਜੀ ਉਹ ਸਰ ਉਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਸੀ ਜੀ ਇਹਨਾਂ ਨੇ ਲਿਖਾਏ 4 ਬੰਦੇ ਬਾਈ ਨੇਮ ਤੇ 5-6 ਬੰਦੇ ਹੋਰ ਕਿੰਨੇ ਫਾਇਰ ਕਿੰਨੇ ਹੋਏ ਆ ਜੀ ਫਾਇਰ ਇੱਕ ਦੱਸਿਆ ਇਹਨਾਂ ਨੇ ਇੱਕ ਹੋਲ ਇਹਨਾਂ ਨੇ ਪੇਸ਼ ਵੀ ਕੀਤਾ ਉਹ ਪਿਸਟਲ ਦਾ ਫਾਇਰ ਹੈ ਆਪਣੀ ਜਾਨ ਬਚਾਈ ਉਹਨਾਂ ਦੇ ਘਰੇ ਵੀ ਵੜ ਕੇ ਤੋੜ ਪੰਡ ਕੀਤੀ ਮੈਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਮੇਰਾ ਡੈਡੀ ਆ ਗਿਆ ਉੱਥੋਂ ਮੇਰਾ ਡੈਡੀ ਨੇ ਆ ਕੇ ਮੈਨੂੰ ਬਚਾਇਆ ਕੀ ਕਾਰਨ ਕੀ ਸੀ ਲੜਾਈ ਦਾ ਲੜਾਈ ਦਾ ਕਾਰਨ ਸਾਡੀ 10-15 ਦਿਨ ਪਹਿਲਾਂ ਰੰਜਿਸ਼ ਹੋਈ ਸੀਗੀ ਮਾੜੀ ਤੋਤੋਂ ਮਹਿਮ ਹੋਈ ਸੀ ਉਹਦੇ ਕਰਕੇ ਬਦਲਾ ਲੈਣਾ ਚਾਹੁੰਦਾ ਸੀਗਾ ਨਹੀਂ ਕੀ ਕਾਰਨ ਕੀ ਸੀ ਤੁਹਾਨੂੰ ਹੁੰਦਾ ਕਾਰਨ ਇਹ ਸੀ ਅਸੀਂ ਦਰਾਹੇ ਜੂਆ ਖੇਡਦੇ ਹੁੰਦੇ ਸੀਗੇ ਉੱਥੇ ਸਾਡੀ ਤੋਤੋਂ ਮਹਿਮ ਹੋਈ ਸੀਗੀ ਉਹਦੇ ਕਰਕੇ ਕਿੰਨੇ ਕੁ ਬੰਦੇ ਸੀਗੇ ਉਹ ਜਿਹੜੇ ਹਮਲਾ ਕਰਕੇ ਗਏ ਨੇ ਸੱਤ 8 ਜਣੇ ਬੰਦੇ ਇੱਕ ਤੋਂ ਪਿਸਟਲ ਚਿੱਟੀ ਉਹ ਪਿਸਟਲ ਸੀਗੀ ਇੱਕ ਮਣੀ ਸੀਗਾ ਉਹਦੀ ਕੋਈ ਪਿਸਟਲ ਸੀਗੀ ਬਾਕੀ ਉਹ ਦੱਸ ਦੋ ਕੀ ਨਾਮ ਕੀ ਸੀ ਉਹਨਾਂ ਦਾ ਤੁਹਾਨੂੰ ਪਤਾ ਇੱਕ ਦਾ ਨਾਮ ਜਤਿੰਦਰ ਸਿੰਘ ਜਿੰਦੀ ਅੱਛਾ ਇੱਕ ਦਾ ਉਹ ਤੀਜਾ ਸੰਨੀ ਕਿੰਨੇ ਫਾਇਰ ਕੀਤੇ ਉਹਨਾਂ ਨੇ ਇੱਕ ਫਾਇਰ ਕੀਤਾ ਉਹਦਾ ਫੋਨ ਵੀ ਲੱਭਿਆ ਕਿੱਥੇ ਕਰਕੇ ਫਾਇਰ ਕੀਤਾ ਸੀਗਾ ਜਿੱਥੇ ਉਹਨੂੰ ਕੁੱਟਿਆ ਨਾਲ ਦੀ ਗਲੀ ਚ ਫਾਇਰ ਕੀਤਾ ਉਹਨਾਂ ਨੇ ਪ੍ਰਾਈਮ ਉਹਦੇ ਲਈ ਲੁਧਿਆਣਾ ਤੋਂ ਵਿਸ਼ਾਲ ਸ਼ਾਰਦਾ ਦੀ ਰਿਪੋਰਟ।